रूप बेलदार लगी है पैप बारे पता तेन की है उधर साडे पाकिस्तान आले भरा उथे हाड़ आए पे है बेईमान है बे रूपा बेईमान आगिया ने लाग लेना भला जी रंडी हो जाए वो तो कि करके फिर रिश्वत खानी पैदी है रिश्वत खानी बहुत औखी है ला ला थोड़ी कुड़ी ना फेरे चीए जेब कर लिया फिलियाने कर लिया रिश्वत ना खा टूपा लगदी है पर रूपे की अजियाजत तो बिना टूप नहीं लगती ਤਬਕਾ ਨਹੀਂ ਦਿੰਦੇ ਦਰਖਤ ਵੱਢ ਕੇ ਲੈ ਜਾਂਦੇ ਆ ਇਹਨਾਂ ਨੂੰ ਪਤਾ ਨਹੀਂ ਇੱਥੇ ਬੰਦਾ ਕਿਹੜਾ ਲੱਗਿਆ ਬੇਲਦਾਰ ਨੇ ਕਹੀ ਨਹੀਂ ਮੈਨੂੰ ਬੇਲਦਾਰ ਨੇ ਕਹੀ ਨਹੀਂ ਬੈਜੂ ਤੇਰੇ ਛਾਲੇ ਦਰਖਤ ਵੱਢ ਕੇ ਲੈ ਜਾਂਦੇ ਆ ਤੁਹਾਨੂੰ ਨਹੀਂ ਪਤਾ ਮੈਂ ਕਿਹਦੇ ਨਾਲ ਪਿਆ ਨਾ ਕਿਸੇ ਨੂੰ ਲਾਉਣ ਦੇਵਾਂ ਪਾਇਪ ਸੂਏ 'ਚ ਨਹਿਰ 'ਚ ਤੁਹਾਨੂੰ ਪਤਾ ਨਹੀਂ ਬੇਲਦਾਰ ਕਿਹੜਾ ਇੱਥੇ ਲੱਗਿਆ ਪਿਆ ਸਫੈਦਾ ਛਿਲਿਆ ਰੱਖਦਾ ਇੱਕ ਮਿੰਟ ਖੜ ਜਿਆ ਸਫੈਦੇ ਨੂੰ ਲੱਗਦਾ ਨਾ ਡੇਕ ਹੈ ਮੇਰੇ ਸਾਲੇ ਦੀ ਨੂੰ ਨੁਕਸ ਕੀ ਹੈ ਚੱਕਰ ਕੀ ਹੈ ਨਹੀਂ ਨਹੀਂ ਕੀ ਗੱਲ ਦੂਜੀਆਂ ਆਫਟਰਆਲ ਸਾਰੀਆਂ ਜਿੰਨੀਆਂ ਬਰਕਹਿਣਾ ਤੇ ਡੇਕ ਹੈ ਸਾਰੀਆਂ ਇੱਡੀਆਂ ਹੋ ਗਈਆਂ ਤੂੰ ਤਾਂ ਫਿਰ ਕਹੀ ਉਹੀ ਜਾਂ ਤਾਂ ਵੀ ਇਹਦੇ ਬੀਜ ਕਮਜ਼ੋਰੀ ਹੈ ਠੀਕ ਹੈ ਨਾ ਜਿਵੇਂ ਜਵਾਕ ਵੀ ਕਈ ਕਮਜ਼ੋਰ ਹੋ ਜਾਂਦੇ ਨੇ ਉਵੇਂ ਦਰਖਤਾਂ ਦੇ ਵਿੱਚ ਵੀ ਹੈਗਾ ਉਧਰੋਂ ਸਾਲੀ ਕਹਿੰਦੀ ਚੈਨ ਕਰਾ ਕੇ ਦੇ ਰੂਪਾ ਵੇਲਦਾਰ ਕਹਿੰਦੇ ਆ ਰੂਪਾ ਵੇਲਦਾਰ ਪਾਣੀ ਵੀ ਦੇਖ ਰੂਪਾ ਸਿਆ ਮੇਰੇ ਸਾਲੇ ਝੋਨੇ ਦਾ ਸੀਜ਼ਨ ਹੈ ਵੀ ਤੁਸੀਂ ਵੇਲਦਾਰ ਨਾਲ ਗੱਲ ਕਰਕੇ ਪਾਈਪ ਲਾ ਲਓ ਹੈ ਪਾਣੀ ਦਾ ਥੱਲੇ ਜਾ ਰਿਹਾ ਰੂਪਾ ਸਿਆਂ ਵੇਲਾਂ ਦਾ ਮਗਰ ਨਾ ਟੂਪਾਂ ਲੱਗੀਆਂ ਵੀਆਂ ਓਏ ਪਾਣੀ ਇੱਥੇ ਮੇਰਾ ਸਾਲਾ ਤਮਕਾ ਨਹੀਂ ਆਉਂਦਾ ਹੈਂ ਉੱਧਰ ਸਾਡੇ ਪਾਕਿਸਤਾਨ ਵਾਲੇ ਭਰਾ ਉੱਥੇ ਹੜ੍ਹ ਆਏ ਪਏ ਹੈ ਓ ਨਹੀਂ ਯਾਰ ਉਹ ਸਭ ਸਰਕਾਰਾਂ ਦਾ ਵਿਹੜਾ ਬੈਠਾ ਠੀਕ ਹੈ ਨਾ ਪਾਕਿਸਤਾਨ ਡੁੱਬੀ ਜਾਂਦਾ ਉੱਧਰੋਂ ਹਰਿਆਣੇ ਨੂੰ ਪਾਣੀ ਦੇਈ ਜਾਂਦੇ ਆ ਰਾਜਸਥਾਨ ਨੂੰ ਦੇਈ ਜਾਂਦੇ ਹੈ ਇੱਥੇ ਫਿਰ ਸਾਡੇ ਪਾਣੀ ਦਾ ਬੁਰਾ ਹਾਲ ਹੈ ਠੀਕ ਹੈ ਨਾ ਧਰਤੀ 'ਚੋਂ ਖਿੱਚ ਖਿੱਚ ਜੜਵਾਹੜਾ ਨੇ ਮੇਰੇ ਸਾਲੇ ਦਾ ਪਾਣੀ ਜਮਾਂ ਪੱਤਣ 'ਤੇ ਮਾਰਿਆ ਉਹ ਚੱਲ ਰੂਪਾ ਵੇਲਦਾਰ ਸਿਆਂ ਆਪਾਂ ਕੀ ਹੈ ਉਹ ਭਲਾ ਕਹਿੰਦੇ ਹੁੰਦੇ ਨਾ ਲਾਗੀਆਂ ਨੇ ਤਾਂ ਲਾਗ ਲੈਣਾ ਭਲਾ ਜਾਂਦੀ ਰੰਡੀ ਹੋ ਜੇ ਠੀਕ ਹੈ ਨੇ ਚੱਲ ਓਏ ਰੂਪੇ ਦੀਏ ਮਰ ਛੜੀਏ ਕੀ ਗੱਲ ਹੈ ਆ ਤਾਂ ਰੂਪਾ ਸਿਆਂ ਭੜਕਾ ਦੇ ਆਰੇ ਆਲੇ ਨਾਲ ਕਰਕੇ ਨਾ ਗੱਲ ਆ ਪੰਜ ਸੱਤ ਡੇਕਾਂ ਦੇ ਸਫੈਦਾ ਠੋਕ ਦੇ ਇਹ ਮੇਰੇ ਸਾਲੇ ਕਿਹੜੇ ਆ ਕੀ ਗੰਦ ਪਾਇਆ ਥੋਡਾ ਬਹਿ ਜਾ ਬੇੜਾ ਥੋਡਾ ਥੋਡਾ ਬਹਿ ਜਾ ਵਾ ਬੇੜਾ ਤੇਰੀ ਮੈਂ ਭੈਣ ਨੂੰ ਤੇਰੇ ਨੂੰ ਓਏ ਕੀ ਕਰ ਗੰਦ ਪਾਉਣਾ ਇੱਥੇ ਮੈਨੂੰ ਜਾਣਦਾ ਨਹੀਂ ਕੌਣ ਹੈ ਮੈਂ ਰੂਪਾ ਵੇਲਦਾਰ ਗੰਦ ਤੈਨੂੰ ਸ਼ਰਮ ਨਹੀਂ ਆਉਂਦੀ ਤੈਨੂੰ ਆਫਟਰ ਆਲ ਰੂਪਾ ਵੇਲਦਾਰ ਤੇਰਾ ਬਾਪੂ ਬੈਂਕ ਨੂੰ ਬੈਠ ਲੂ ਤੈਨੂੰ ਨਹੀਂ ਪਤਾ ਰੂਪਾ ਦੇ ਵੇਲਦਾਰ ਦੀ ਡਿਊਟੀ ਕੀ ਹੈ ਕਾਹਦੀ ਡਿਊਟੀ ਲੱਗੀ ਹੋਈ ਹੈ ਤੇਰੀ ਉਹ ਮੈਂ ਆ ਰੂਪਾ ਵੇਲਦਾਰ
ਬੇਲਦਾਰ ਦਾ ਪਤਾ ਕੀ ਹੁੰਦਾ? ਨਾ ਮੈਨੂੰ ਨੀ ਪਤਾ, ਉਹੀ ਮਾਰੀ ਜਾਂਦਾ ਝੂਠ। ਕਾਹਦਾ ਬੇਲਦਾਰ ਹੈ ਤੂੰ? ਬੇਲਦਾਰ ਦੀ ਗਵਰਨਮੈਂਟ ਨੇ ਡਿਊਟੀ ਲਾਈ ਹੁੰਦੀ ਆ ਬੰਦੇ ਦੀ। 75,000 ਰੁਪਇਆ ਮੇਰੀ ਤਨਖਾਹ ਹੈ, 40 ਕਿਲੋਮੀਟਰ ਦਾ ਮੇਰੀ ਡਿਊਟੀ ਆ ਨਹਿਰ 'ਤੇ ਸੂਏ 'ਤੇ। ਕੋਈ ਦਰਖਤ ਨਾ ਵੱਢੇ, ਕੋਈ ਪਾਣੀ ਚੋਰੀ ਪੈਪ ਲਾ ਕੇ ਨਾ ਝੋਨਾ ਭਰ ਲੇ, ਠੀਕ ਹੈ ਨਾ? ਆਫਟਰ ਆਲ ਸਰਕਾਰੀ ਬੰਦਾ ਹੈ, ਮੈਂ ਕੋਈ ਲੰਡੂ ਨਹੀਂ ਫਰਜਿਆ। ਤੂੰ ਬੇਲਦਾਰ ਕਾਹਦਾ ਤੂੰ? ਮੈਨੂੰ ਤਾਂ ਕਿਤੇ ਦੇਖੀ ਨਹੀਂ ਤੈਨੂੰ। ਓਏ ਕੁੰਭ ਦਾ ਮੇਲਾ ਸੁਣਿਆ? ਕੁੰਭ ਦਾ 12 ਸਾਲਾਂ ਬਾਅਦ ਆਉਂਦਾ, ਅਸੀਂ ਵੀ ਸਾਲ ਬਾਅਦ ਗੇੜਾ ਮਾਰ ਲਈਦਾ। 75,000 ਤਨਖਾਹ ਘੁੱਟ ਕੇ ਘਰੇ ਬੈਠੇ ਰਹਿੰਦੇ ਹਾਂ। 75,000 ਤਨਖਾਹ ਤੇ ਜ਼ਿੰਮੇਵਾਰੀ ਫੁੱਲ ਹੈ, ਗੜਪਾਉਂ ਵਾਂਗੂ ਦੀਨੇ ਅਸੀਂ ਘੱਟ ਹੀ ਹੈ। ਖਬਰਦਾਰ, ਜੇ ਪੈਪ ਲਾਈਏ ਸੂਏ 'ਚ ਗੰਦ ਪਾਇਆ, ਉਹ ਤੁਹਾਡੇ ਵਰਗੇ ਜੜਵਾਈੜ ਗਾਈਆਂ ਮਾਰ ਮਾਰ ਕੇ ਤੁਸੀਂ ਪਾਣੀ 'ਚ ਸਿੱਟੀ ਜਾਂਦੇ ਆ, ਇਹ ਕਿਸੇ ਨੇ ਪੀਣਾ ਨਹੀਂ ਗਾਹਾਂ, ਹੈ ਵਿੱਚ ਹੱਗੀ ਮੁੱਤੀ ਜਾਂਦੇ ਆ, ਸਰਮ ਨਹੀਂ ਆਉਂਦੀ ਤੁਹਾਨੂੰ? ਸਰਕਾਰੀ ਮੁਲਾਜ਼ਮ ਹੋ ਤੁਸੀਂ ਸਾਲਿਆ? ਮੇਰੇ 75,000 ਤਨਖਾਹ ਸੁਣ ਕੇ ਤੂੰ ਤਾਂ ਤੁਸੀਂ 'ਤੇ ਆ ਗਿਆ ਹੈ। ਓਏ ਗੱਲ ਸੁਣ, ਪੜ੍ਹੇ ਕਿੰਨੇ ਹੋਏ? ਓਏ ਪੜ੍ਹਿਆ ਮੈਂ, ਮੇਰੀ ਗੱਲ ਸੁਣ। ਜ਼ਿਲ੍ਹਾ ਮੋਗਾ ਪਿੰਡ ਦੌਦਰ ਤੋਂ 4th ਕਲਾਸ ਪੜ੍ਹਿਆ, 4th, 4 ਜਮਾਤਾਂ ਫੁੱਲ ਪਾਸ ਹੈ। ਅੱਛਾ, 4 ਪੜ੍ਹੇ ਹੋਏ ਤੁਸੀਂ? ਯਾਹ, ਤਨਖਾਹ 75,000 ਹੈ? ਆਹੀ ਆ ਫਿਰ। ਮੈਂ ਐਮਏ ਕੀਤੀ ਹੋਈ ਆ, ਮੈਂ ਉੱਥੇ ਟ੍ਰਾਈਡੈਂਟ 'ਚ 10,000 ਰੁਪਏ 'ਤੇ ਨੌਕਰੀ ਕਰਦਾ। 40 ਸਾਲ ਹੋ ਗਏ, 40 ਗਵਰਨਮੈਂਟ ਨਾਲ ਮੱਥਾ ਮਾਰਦੇ ਨੂੰ 150 ਤਨਖਾਹ 'ਤੇ ਲੱਗਿਆ ਸੀ, ਠੀਕ ਹੈ ਨਾ? ਓਏ ਗਵਰਨਮੈਂਟ ਨੇ 150 ਤੋਂ ਲੈ ਕੇ 75,000 ਕਰਤਾ, 1.5 ਲੱਖ 'ਤੇ ਰਿਟਾਇਰਮੈਂਟ ਹੋਊ। ਨਾਲੇ ਤੇਰੇ ਕੋਲ ਗੱਲ ਆ, ਦਰਖਤ ਅਸੀਂ ਵੇਚ ਦਿੰਦੇ ਹਾਂ, ਜੇ ਤੂੰ ਪੈਪ ਪੂਪ ਵੀ ਲਾਉਣਾ ਬਾਹਣ 'ਚ ਪੈਸੇ ਦੇ, ਜਿੰਨਾ ਮਰਜ਼ੀ ਪੈਪ ਚਲਾ। ਬੇਲਦਾਰ ਸਾਹਿਬ ਨੂੰ ਬਾਹਰ ਓਏ ਆ ਜਾ, ਗਾਂ ਨੂੰ ਗੰਦ ਪਾਇਆ ਨਾ ਰੂਪਾ, ਬੇਲਦਾਰ ਵੱਢ ਕੇ ਵਿੱਚ ਸੜ ਦੂੰ। ਚੰਗਾ ਬਾਈ, ਗੱਲ ਸੁਣ ਮੇਰੀ, ਇਹ ਤਾਂ ਸਰਕਾਰ ਦਾ ਵਿੜਾ ਬਹਿ ਗਿਆ, ਨਹੀਂ ਤਾਂ ਬੇਲਦਾਰ ਦੀ ਪ੍ਰਾਹੁਣਿਆਂ 'ਚ ਨਹੀਂ ਚੜ੍ਹਾਈ ਸੀ, ਪ੍ਰਾਹੁਣਿਆਂ 'ਚ ਨਹੀਂ। ਅਗਲਾ ਕਹਿੰਦਾ ਅਸੀਂ ਕੀ ਫਲਾਨੇ ਆ, ਬੇਲਦਾਰ ਹੈ, ਠੀਕ ਹੈ ਨਾ? ਪਤਾ ਨਹੀਂ ਸੀ ਵੀ ਇੱਥੇ ਵੀ ਕਿਸੇ ਦੀ ਡਿਊਟੀ ਹੁੰਦੀ ਆ, ਮੈਨੂੰ ਤਾਂ ਸੀ ਸੁਣਨੇ ਚੱਲੀ ਜਾਂਦੇ ਨੇ। ਓ ਤੂੰ ਗੱਲ ਸੁਣ, ਤੂੰ ਮੁੰਡਾ ਕਿਹਦੇ? ਮੁੰਡਾ ਮਤਲਬ ਚੇਅਰਮੈਨ ਦਾ ਪੁੱਤ ਹੈ। ਅੱਛਾ, ਚੇਅਰਮੈਨ ਦਾ ਪੁੱਤ ਹੈ, ਕਰਤਾਰ ਦਾ? ਓ ਤੂੰ ਕੰਜਰਾ, ਪਹਿਲਾਂ ਦੱਸਦਾ। ਓਏ ਕਰਤਾਰ, ਚੇਅਰਮੈਨ ਨੇ ਤਾਂ ਆਹ ਸੂਆ ਕਢਾਇਆ, ਸੜਕ ਚੇਅਰਮੈਨ ਨੇ ਬਣਾਈ ਹੈ, ਚੇਅਰਮੈਨ ਤਾਂ ਕਿਸਾਨ ਯੂਨੀਅਨ ਦਾ ਕਰਤਾ ਧਰਤਾ ਸੀ। ਫਿਰ ਕੀ ਹੋ ਗਿਆ ਜੀ, ਆਹ ਥੱਬਾ ਖੱਬਲ ਦਾ ਹਿੱਟਦਾ ਮੈਂ? ਓਏ ਨਹੀਂ ਪੁੱਤ, ਮੇਰੀ ਗੱਲ ਸੁਣ, ਪਾਣੀ ਹੈ ਨਾ ਜਿਹੜਾ ਸਾਫ਼ ਰੱਖਣਾ ਚਾਹੀਦਾ। ਗਲਤੀ ਹੋ ਗਈ, ਠੀਕ ਹੈ ਨਾ? ਪਾਣੀ ਠੀਕ ਹੈ, ਤੂੰ ਚੇਅਰਮੈਨ ਦਾ ਪੁੱਤ ਆ, ਨਿਕਲਿਆ ਕੋਈ ਗੱਲ ਨਹੀਂ, ਪਾਣੀ ਦੀ ਸਫਾਈ ਆਫਟਰ ਆਲ ਸਾਨੂੰ ਇਹ ਸਾਫ਼ ਕਰਨਾ ਪੈਂਦਾ, ਸਾਡੀ ਜ਼ਿੰਮੇਵਾਰੀ ਹੈ, ਸਰਕਾਰ ਨੂੰ ਜਵਾਬ ਦੇਣਾ ਪੈਂਦਾ, ਗਾਹਾਂ ਮੋਗੇ 'ਚ ਘਾ ਆੜ ਜਾਂਦਾ। ਠੀਕ ਹੈ, ਹੁਣ ਨਹੀਂ ਛੱਡਦਾ, ਬਸ ਗਾਹ ਨੂੰ ਨਹੀਂ ਸੁੱਟਣਾ, ਠੀਕ ਹੈ ਨਾ? ਚਾਹ ਧਰ ਲਿਆ ਕਰਾਂ, ਮੰਗਾ ਲਾ ਫਿਰ ਘੈਂਟ ਜੀ, ਠੀਕ ਹੈ? ਲੈ ਤਾਂ ਜੀ ਚਾਹ, ਮੁੰਡੇ ਨੇ ਬਹੁਤ ਸਵਾਦ ਬਣਾਈ ਸੀ, ਕਰਤਾਰ ਸਿੰਘ ਬੰਦਾ ਘੈਂਟ ਸੀ ਚੇਅਰਮੈਨ। ਬੰਦੇ ਆਪਣਾ ਕਰਤਾਰ ਸਿੰਘ ਚੇਅਰਮੈਨ ਬੰਦਾ ਘੈਂਟ ਸੀ, ਪਰ ਪੋਤੇ ਵੀ ਠੀਕ ਆ, ਵੱਡਾ ਵਾਲੇ ਨਾਲ ਥੋੜ੍ਹਾ ਜਿਹਾ ਲੱਥ ਹੈ, ਇਹ ਘੈਂਟ ਆ ਬੰਦਾ, ਮੁੰਡਾ ਸਿਆਣਾ ਸਮਝ ਗਿਆ, ਆਫਟਰ ਆਲ ਰੂਪੇ 'ਚ ਤਾਂ ਬੇਲਦਾਰ ਨੇ ਸਮਝਾਤਾ, ਸਮਝਣਾ ਤਾਂ ਹੈਗਾ। ਚਾਹ ਘੈਂਟ ਸੀ, ਸਫੈਦਾ ਮੇਰਾ ਸਾਲਾ ਵੀ ਵਧਾਉਣ ਵਾਲਾ ਹੋਇਆ ਪਿਆ। ਕੋਈ ਨਹੀਂ ਪੁੱਤ, ਵਧਾਉਣਾ ਤੈਨੂੰ 2 ਦਿਨਾਂ ਤੱਕ। ਇੱਥੇ ਖੜਾ ਰੂਪੇ ਵੀਰੇ, ਇੱਥੇ ਚੂਈ ਸਿੱਕੀ ਮੋਟਰ ਕੋਲ। ਹਾਂ ਆ ਜਾ ਫਿਰ ਇੱਥੇ, ਠੀਕ ਆ ਬਾਈ। ਓਏ ਹਾਂ ਕੋਮੀ, ਕਿਵੇਂ ਹੈ? ਹੋਰ ਜੀ ਵਧੀਆ। ਗੱਲ ਸੁਣ, ਫੋਨ ਤੂੰ ਦੇਖ ਕੇ ਲਾਇਆ ਕਰ ਮਾੜਾ ਜਿਹਾ। ਕੀ ਹੋ ਗਿਆ? ਓਏ ਹੋਣਾ ਟੱਟੂ ਹੈ, ਸਰਕਾਰ ਬਦਲ ਗਈ ਹੈ, ਤੈਨੂੰ ਪਤਾ ਨਿਯਮ ਵਾਲੇ ਆ, ਰਿਸ਼ਵਤ ਲੈਣ ਨਹੀਂ ਦਿੰਦੇ, ਰਿਸ਼ਵਤ ਪ੍ਰੋਪਰ ਚੱਲ ਰਹੀ ਹੈ। ਹਾਂ ਦੱਸ ਕੰਮ ਕੀ ਸੀ? ਕੰਮ ਤਾਂ ਸਫੈਦੇ ਦਾ ਪੁੱਛਣਾ ਸੀ ਇਹ ਤਾਂ। ਯਾਰ ਗਹਿ ਤੂੰ ਵੇਚੇਗਾ 35-40 ਹਜ਼ਾਰ ਦੇ, ਮੇਰੇ 3500 ਦਿੰਦੇ ਨੂੰ ਤੈਨੂੰ ਨਾਗ ਲੜਦਾ, ਦੇਣੇ ਤਾਂ ਦੇ ਨਹੀਂ, ਡੰਡੀ ਪੈ ਗਾਹਕ ਹੋਰ ਬਹੁਤ ਹੈ। ਅੱਛਾ ਗੱਲ ਸੁਣ, ਅਨਪੜ੍ਹ ਲੋਕੋ, ਤੁਹਾਨੂੰ ਕਿਵੇਂ ਸਮਝਾਵਾਂ? ਤੁਹਾਨੂੰ ਕੀ ਲੱਗਦਾ ਵੀ ਅਸੀਂ ਜਿਹੜੀ ਰਿਸ਼ਵਤ ਲੈਂਦੇ ਹਾਂ ਇਹ ਸਾਨੂੰ ਹੀ ਮਿਲ ਜਾਂਦੀ ਹੈ? ਓਏ ਸਾਨੂੰ 100 ਕੁਛ ਘਪਲੇ ਕਰਨੇ ਪੈਂਦੇ ਆ, ਹੁਣ ਜਿਹੜੇ ਨੰਬਰ ਲੱਗੇ ਆ ਇਹ ਨੰਬਰ ਸਾਨੂੰ ਫਾਈਲਾਂ ਦੇ ਵਿੱਚ ਰਜਿਸਟਰ ਕਰਨੇ ਪੈਣੇ ਆ, ਹੁਣ ਨਵੇਂ ਨੰਬਰ ਲੱਗਣੇ ਆ, ਬਹੁਤ ਕਿਤੇ ਤਾਂ ਕਰਕੇ ਫਿਰ ਰਿਸ਼ਵਤ ਖਾਣੀ ਪੈਂਦੀ ਹੈ, ਰਿਸ਼ਵਤ ਖਾਣੀ ਬਹੁਤ ਔਖੀ ਹੈ। ਬੱਲੇ ਤੇਰੇ, ਤੂੰ ਤਾਂ ਹੁਣ ਵੱਢ ਕੇ ਲਿਜਾ ਕੇ ਵੇਚ ਦੇਗਾ, ਸਿਆਪਾ ਕਰਨਾ ਤਾਂ ਸਾਨੂੰ ਹੈ।
ठीक है ना, जे तो 3500 च गल अपने मैं निबड़ी है तो ठीक है, नहीं तू डंडी तो मैं होर लभ लू। देख के कर ला, देख के की कर ला, 3500 फड़ा यार, देखना की है, देखना टट्टू यार, तू तो गल करी जाने यार, तेन लगता भी कहीं असं उ तुरे फिर ठीक है। 3000 च नबेड़ जा, यार यार गल सुन, 3000 च तो नबेड़ जा टट्टू यार, 3500 कर, 3200 कर दे। ओ चक यार, फिर माया देख के ना तेरी सौ, चल आप कड़ा हलवा है, नोट बदल के दे। ओ नहीं बदल के दे यार, गहा कमाल दी गल है, तू ऐ बड़ा करता है यार, ऐ नहीं करता, तैनू नहीं पता गहा कबड़ा जे, गांधी दा सिर एक पासे ही चाहिए, 1 2 3 4 5 ठीक है, ओके बह बह के निकल जा, ते रात नू पत्ता ना छड्डी कोई, ठीक है ना, ना ना कल नू गल हो जाए, मैं तां तैनू जान दे नहीं, ठीक है ना, ठीक। खड़ जा खड़ जा, की दा आ गया, एक मिनट चाकदा चाकदा, ओवरसी साहब दा, हाँ जी ओवरसी साहब, सत श्री अकाल जनाब, मेरी गल सुनो, तुसी की गल करती, चेक कर लो, मैं सूए ते फिरदा इधर जनाब, नहीं थोनू कह कौन रहा है भी रूपा बेलदार, जनाब दो बारी तो मेरा सप्प लड़ जाना सी, एक बारी मेरे साले की सलूटी लड़ जानी सी, रियात नू मैं गेड़े मार दिया, पूता मैनू मेरे साले दी डराउंदियां, तुसी मैनू फिर चंगी सेवा से दे रहे हो, केड़ा भैन दा वीर कहिंदा मैं दरख्त विच, जनाब नंबर चेक कर लो, 75000 ना जे ढिड नहीं भरदा फिर 3500 रिश्वत लैके ढिड भर जू, नहीं नहीं गल है गल है। हाँ जनाब, ओवरजीत साहब, दरख्तों का काम तो दरोगे दे, अपना दरख्तों ना की लल्ला खखा है, वही तो गल करदा जनाब, तुसी गल आफ्टर ऑल समझ नहीं रहे, जनाब जनाब तुसी तो दफ्तर च बैठे, इत्थे बैठे फोन ला के हुक्म चला रहे हैं, ठीक है ना, इत्थे कोई सूए च घा सट रहा है, कोई मरिया भी गाइया सट रहा है, पशु सट रहा है, आफ्टर ऑल में कट रहा है, छावा से तो की देनी है, पानी फुल जा रहा है जनाब, नंबरदार वाले पासे पानी नहीं जाता, मैं मूत के भर दें, नहीं मैं मूत के भर दें, है नहीं नहीं ठीक है, बेफिक्रो कहो ढाल में करके, मैं ढाल तो पानी होर छड़ दिना, ठीक है ना, थोनू कंप्लेट नहीं आती, और जी तुसी साढ़े माई बाप हो, बड़े हो, अफसर हो, थोड़ी ना सुनिए होर की दी सुनिए, हाँ मेरा सड़ा है रो मार दे, तेरे अर्गे नू मैं जानता नहीं, टच बल्ले बल्ले वे तेरे हैं, उत्थे बैठा रोब मारी जाने, चीए जेब कर लिया, फिलियाने कर लिया, रेस बचना खा, तैनू पता किन्ने काम है बेलदार नू, किन्ने काम है, यार दो पिंड है मेरे कोले, कोट दिना ते निहाल सिंह वाला, दोनों पिंडा चो मुआवजा इकट्ठा करना है, नंबरदारा नू नाल लेना, फिर हले तक 250 रुपया इकट्ठा होया, एडे एडे पिंड है, फिर मैनू रोह मार रहे, आफ्टर ऑल सरकार ने नवी भर्ती करी नहीं, पुराने ही तुरे आने हैं, काम की निबड़े चाचू, ओहो जा स्टार्ट कर, गुस्सा तेरे देने भी नहीं, कड़े बने पेजे तू तो फिर स्टार्ट ही नहीं होंगे, ओहो पानी तो है कितों जावे टट्टू, और लै ला वो थोड़ी कुड़ी ना फेरे, और बिच ही सुट्टी जाने गंद पिल पानी का, वे बह जा बेड़ा थोड़ा, सारा पानी बंद होया पिया, वे लड़े थोड़े न्याग मेरे हथाले, कह दिया यार हवा तुसी खराब करती, पानी तुसी खराब करता, हुण थोनू कदर है नहीं, थोनू थोड़ा बह जा बेड़ा, वो पानी ही खराब कर रहे हो, थोड़े लड़ जाए थोड़े मर जान बचड़े, थोड़े जेड़े पानी की परवाह नहीं करते, वो गंद पाने पानी च, इन्ना साफ पानी वे तुसी बेकार करता, वे है भी रूपा कला कितने कितने थोड़ी भैन ना लवे फेरे थोड़ी ना, सारा खराब करी आने, यार कहीं बुरे बजते यार, नहीं कहते चंगे नहीं बजते यार, बंदे करे तो करे कि मेरा सारा, वो दौदर वाले जानटे वाली गल सही है यार, लोर आ गया, ओए होए होए वो थोड़ी वो भैन नू थोड़ी नू, ए गंद पाता वे बच्च, दो दिन खूंडका होर ना जिरे सुकी सी, मैं कहा।
हजे जे च माड़ी जी भी हवा रहेगी ना बाल जिनी भी हवा रहेगी फिर नहीं उन्हें पानी चकना। एक मिनट खड़ जा हजे हजे ना कहल करे हूँ दोनों जाने इधर भेजते मैं देख लो बेचारा की करे ठंडा पानी पी मरे पर भाई है नहीं यार मैं कौम नू अकल कदों आऊ पानी ते हवा बचा लो तो नहीं गंदे करते यार फिर रूपा की करे चल मना हो रे मेरे छले दी रूप बेलदार दे हुंदे लगी है पैप बल्ले ओ थोड़े नंबरदारो बल्ले ओ थोड़े वो सरकार चूना ला रहे हो मेरे साले थोनू पता नहीं इत्थे बेलदार कौन है रूपा मेरे साले वेदा जो रगड़ दू मेरे साले चकन दे कागज पता लग जू बेलदार हुंदा की है। आ गया पुत डिके जगसीर सिंह सनफिंदर सिंह पिंड कोट दुन्ना जदों मैं देखा सूए तो मैं सर्च कर रहा सी है परचा टका के सर्च कर रहा सी जदों मैं पैप देखी मेरा उतले छा उत्ते ते थलड़ा छा थलड़े ते बचालड़ा छा बचालड़े रुक गया बचालड़ा छा बचाले रुक गया फिर मैं कुछ थोड़ा जा आजा आजा ओए लड़के अरे मार दा तू मजबूरी बन गई टूप लाउणी दा यार बाई बन के अच्छा रुपया कोई लिखा तो नहीं कोई यार यार गल सुन मैं तहां तक चंडीगढ़ तक हो सकता मेरे साले दी गल तेरी दिल्ली तक अमरीका कनेडा तक भी गल जावे भाई बन के मजबूरी बन गई आ ना लिखो यार अच्छा आ ना लिखो यार नहीं सरकार चलू कि में सरकार नु दा तुसी गणदे हो फुद्दू सरकार नु दा लेवने चूने सरकार नु दा समझदे तुसी उई है जानदा मैं तेनू सरकारी बड़े अफसर तू समाही किते महीने समाही मगरो गेड़ा मारदा मैं जानदा तेनू अच्छा। सारे तू दरख्त बेच के खा गया जानदा तेनू मैं बड़े बेलदार नू अच्छा आज आज तेरी पैर फड़ी गई आज ओ रोज गेड़ा मारदा मेरा तुन्या ने मेरी गल सुन ले जे लाइट दे के काम नमेड़ना नमेड़ ले नहीं ते रूपा बेईमान है बे रूपा बेईमान बे ए नहीं हो सकदे पैदे तू बेच के खा गया इथों सारा नू मगर टूपा लवाउणा ਸੌ ਥਾਈ ਮਗਰ ਟੂਪਾ ਤੂੰ ਜਿਹਦਾ ਜਿਹੜਾ ਤੈਨੂੰ 4 ਰੁਪਏ ਦੇਂਦਾ ਉਹਦਾ ਕਾਰਵਾਈ ਕੋਈ ਨਹੀਂ ਕਰਦਾ ਓਏ ਗੱਲ ਸੁਣ ਓਏ ਮੇਰੀ ਤੂੰ ਨਾਲ ਨਾਲ ਦਾ ਪਾਣੀ ਥੋੜਾ ਆ ਟੂਪਾ ਲਈ ਬੈਠੇ ਸਰਕਾਰ ਨੂੰ ਲਈ ਜਾਂਦੇ ਤੁਸੀਂ ਚੂਨਿਆ ਓਏ ਸਰਕਾਰ ਦੀ ਗੱਲ ਕਰਦਾ ਬੇੜਾ ਤਾਂ ਸਰਕਾਰ ਦੀ ਬੈਠਾ ਪਹਿਲਾਂ ਤੈਨੂੰ ਮੈਂ ਗੱਲ ਦੱਸਦਾ ਸੂਆ ਹੋ ਉੱਥੇ ਤੱਕ ਆਉਂਦਾ ਹੁੰਦਾ ਆਉਂਦਾ ਸਾਰਾ ਪੰਜਾਬ ਦਾ ਪਾਣੀ ਜਿਹੜਾ ਆ ਪਾਣੀ ਹੈ ਨਾ ਸਾਰਾ ਪੰਜਾਬ ਦਾ ਪਾਣੀ ਜਾ ਕੇ ਹਰਿਆਣੇ ਨੂੰ ਦਿੱਤਾ ਰਾਜਸਥਾਨ ਨੂੰ ਦਿੱਤਾ ਦਿੱਲੀ ਨੂੰ ਦਿੱਤਾ ਸਾਰਾ ਪੰਜਾਬ ਦਾ ਪਾਣੀ ਪੰਜਾਬ ਕੋਲ ਕੀ ਟੱਟੂ ਰਹਿ ਗਿਆ ਮੈਂ ਦਿੱਤਾ 70% ਹਾਂ ਹਾਂ ਹੋਰ ਕਿਹਨੇ ਦਿੱਤਾ ਸੁਤਰੀ ਸਰਕਾਰ ਨੇ ਦਿੱਤਾ ਓਏ ਅਸੀਂ ਤਾਂ ਨੌਕਰ ਹੈ 70% ਪੰਜਾਬ ਦਾ ਪਾਣੀ ਲਿਜਾ ਕੇ ਬਾਹਰ ਨੂੰ ਦਿੱਤਾ ਦੇਤਾ ਫਿਰ ਸਾਰਾ ਪੰਜਾਬ ਸਾਨੂੰ ਮੋਟਰਾਂ ਲਾਉਣ ਦੀ ਨਾ ਹੋਰ ਲਾਉਣ ਦੀ ਸਾਰਾ ਨਹਿਰੀ ਪੰਜ ਤੋਂ ਸਰੇ ਸਾਡਾ ਸਰਕਾਰ ਨੇ ਭਾਈ ਹੈ
ਪਾਣੀ ਤੁਹਾਡੇ ਦਾ ਨਾਂ ਲਿਖਿਆ ਤੇਰਾ ਇੱਥੇ ਮਾਰਦਿਆਂ ਗੱਲਾਂ ਪਾਣੀ ਲੈ ਦਿੱਤਾ ਪੰਜਾਬ ਦਾ ਹੱਕ ਹੈ ਪੰਜਾਬ ਦਾ ਬੇਈਮਾਨੀ ਕਰ ਰਿਹਾ ਤੂੰ ਉਲਟਾ ਚੋਰ ਕੋਤਵਾਲ ਕੋ ਡਾਟੇ ਉਲਟਾ ਚੋਰ ਕੋਤਵਾਲ ਕੋ ਡਾਟੇ ਇਹ ਚੀਜ਼ ਤੇ ਸਾਡਾ ਹੱਕ ਹੈ ਸਾਡਾ ਹੱਕ ਹੈ ਤੇਰਾ ਨਾਂ ਲਿਖਿਆ ਪਾਣੀ ਤੇ ਪੰਜਾਬ ਦਾ ਪਾਣੀ ਆ ਇਹ ਪੰਜਾਬ ਦਾ ਸਾਡਾ ਹੀ ਹੈ ਸਾਡਾ ਪੰਜਾਬ ਹੈ ਸਾਰਾ ਪੰਜਾਬ ਦਾ ਪਾਣੀ ਹੈ ਤੇਰੇ ਵਰਗੇ ਅਨਪੜ੍ਹ ਬੰਦਿਆਂ ਨੂੰ ਕੀ ਪਤਾ ਵੀ ਕਾਨੂੰਨ ਕੀ ਹੁੰਦਾ ਰਿਪੇਰੀਅਨ ਲਾਅ ਬਾਰੇ ਪਤਾ ਤੁਹਾਨੂੰ ਕੀ ਹੈ ਕਹਿੰਦੇ ਜਿਹੜਾ ਪੰਜਾਬ ਦਾ ਪਾਣੀ ਹੈ ਸਾਰਾ ਪੰਜਾਬ ਦਾ ਪਾਣੀ ਇਹ ਪੰਜਾਬ ਦਾ ਪਾਣੀ ਹੱਕ ਪੰਜਾਬ ਦਾ ਨਾ ਕਿ ਰਾਜਸਥਾਨ ਹਰਿਆਣੇ ਨੂੰ ਜਿਹੜਾ ਫ੍ਰੀ ਦੇ ਵਿੱਚ ਪਾਣੀ ਜਾਂਦਾ ਹਾਂ ਸਾਰਾ ਜਿਹੜੀ ਸਰਕਾਰ ਕਾਂਗਰਸ ਦੀ ਸਰਕਾਰ ਸੀ ਇੰਦਰਾ ਗਾਂਧੀ ਨੇ ਸਾਰਾ ਪੰਜਾਬ ਦਾ ਪਾਣੀ ਖੋਹ ਕੇ ਲੈ ਗਈ ਸੀ ਅੱਜ ਪੰਜਾਬ ਤੈਨੂੰ ਪਤਾ ਸੋਨੇ ਦੀ ਚਿੜੀ ਹੁੰਦਾ ਜਿਹੜਾ ਫ੍ਰੀ ਦੇ ਵਿੱਚ ਪਾਣੀ ਜਾਈ ਜਾਂਦਾ ਅੱਜ ਤਾਂ ਫਿਰ ਵੀ ਇਹਦਾ ਮਾਮਲਾ ਭਰਦੇ ਆ ਪਾਣੀ ਦਾ ਜੇ ਜਟਵਾੜਾ ਸੋਨੇ ਦੀ ਚਿੜੀ ਹੁੰਦਾ ਨਾ ਤੁਸੀਂ ਮੇਰੇ ਸਾਲੇ ਉਹ ਵੀ ਨਹੀਂ ਛੱਡਣੀ ਸੀ ਉਹ ਯਾਰ ਤੂੰ ਰਹਿਣ ਦੇ ਰਹਿਣ ਦੇ ਰਹਿਣ ਦੇ ਰੂਣ ਦੇ ਨੀ ਪਾਣੀ ਘੱਟ ਆ ਰਿਹਾ ਸੂਏ ਚ ਮੈਂ ਪਾਣੀ ਘੱਟ ਆ ਰਿਹਾ ਜੇ ਪਾਣੀ ਫੁੱਲ ਆਵੇ ਸੂਏ ਦੇ ਵਿੱਚ ਜੇ ਪਾਣੀ ਸੂਏ ਦੇ ਵਿੱਚ ਫੁੱਲ ਛੱਡਣ ਅਸੀਂ ਕਿਉਂ ਟੂਬ ਲਾਈਏ ਨਾਲ ਚ ਪਾਣੀ ਚੜਦਾ ਨਾ ਮੈਂ ਹੁਣ ਇਹਨੂੰ ਮੂਤ ਕੇ ਭਰ ਦੇ ਹੈ ਤੂੰ ਚੰਗਾ ਮਰਨ ਵਾਲੀ ਪਕਾਈ ਨਾ ਮਾਰ ਪਕਾਈ ਨਾ ਕਰ ਤੇਰੇ ਵੱਡੇ ਚੂਲੇ ਲਿਆ ਕਰ ਦੂੰ ਕੀ ਕਹਿਣਾ ਯਾਰ ਕਿ ਹਾਂ ਰਗੜ ਦੂੰ ਮੈਂ ਨਵੇੜਨਾ ਕਿ ਪਰਚਾ ਪੈਟਰੋਲ ਬਣ ਗਿਆ ਸਹਿਨ ਹੋਣੇ ਜ਼ਰੂਰੀ ਹੈ ਬਸ ਸਹਿਨ ਹੋ ਗਏ ਪਰਚਾ ਹੋ ਗਿਆ ਪੈਟਰੋਲ ਅੰਦਰ ਚਲਿਆ ਗਿਆ ਤੂੰ ਪੰਜ ਸਾਲ ਤੋਂ ਪਹਿਲਾਂ ਜਵਾਨਤ ਨਹੀਂ ਹੁੰਦੀ ਪੁੱਤ ਮੇਰੇ ਸਾਰਾ ਪੰਜਾਬ ਦਾ ਪਾਣੀ ਖੋਹ ਕੇ ਨਹੀਂ ਦਿੱਤਾ ਹਰਿਆਣੇ ਨੂੰ ਦਿੱਤਾ ਰਾਜਸਥਾਨ ਨੂੰ ਦਿੱਤਾ ਹੁਣ ਦਿੱਤਾ ਪੰਜਾਬ ਦਾ ਪਾਣੀ ਫ੍ਰੀ ਦੇ ਵਿੱਚ ਜਾਈ ਜਾਂਦਾ ਫ੍ਰੀ ਦੇ ਵਿੱਚ ਤੇ ਤੁਸੀਂ ਨਹੀਂ ਖੋਹ ਰਹੇ ਤੁਸੀਂ ਵੀ ਤਾਂ ਬੇਈਮਾਨੀ ਕਰ ਰਹੇ ਹੋ ਸਰਕਾਰ ਨੇ ਮੈਂ ਕਦੀ ਬੇਈਮਾਨੀ ਕਰ ਰਿਹਾ ਆਹ ਕੀ ਕਰ ਰਹੇ ਹੋ ਵੀ ਗਾਹਾਂ ਪਾਣੀ ਜਾਣਾ ਚਾਹੀਦਾ ਤੇਰੇ ਓਏ ਯਾਰ ਸਾਡਾ ਤਾਂ ਭਾਈਚਾਰਾ ਹੜਤਾ ਅੱਜ ਤਾਂ ਆਵੇ ਸਾਰ ਲਾਂ ਕੋਈ ਪੈਸੇ ਦੇ ਦੇ ਤੂੰ ਸਾਰੇ ਸਾਹਮਣੇ ਟੂਪਾਂ ਲਵਾਈ ਨਾ ਮੇਰੇ ਬਾਰੇ ਤੂੰ ਤੰਗੜਦਾ ਹੈ ਓਏ ਟੂਪਾਂ ਲੱਗਦੀਆਂ ਟੂਪਾਂ ਲੱਗਦੀਆਂ ਪਰ ਰੂਪੇ ਦੀ ਇਜਾਜ਼ਤ ਤੋਂ ਬਿਨਾਂ ਟੂਪ ਨਹੀਂ ਲੱਗਦੀ ਓਏ ਮੇਰੀ ਇਜਾਜ਼ਤ ਹੋਉ ਟੂਪ ਲੱਗੂ ਰੂਪਾ ਆਪ ਸਰਕਾਰ ਹੈ ਸੂਹੇ ਦੀ ਅੱਛਾ ਤੂੰ ਆਪ ਸਰਕਾਰ ਹੈ ਤੈਨੂੰ ਫਿਰ ਮੈਂ ਹੁਣ ਦਿਖਾਉਂਗਾ ਵੀ ਪੰਜੀ ਦੇ ਭਾਉਣ ਤੇ ਰੱਖ ਤੇ ਮੇਰੇ ਨਾਲ ਕੀ ਦਿਖਾ ਦੇਗਾ ਕੀ ਦਿਖਾ ਦੇਗਾ ਨਾ ਪਿਛਲੇ ਸਾਲ ਤੈਨੂੰ ਮੈਂ 8000 ਰੁਪਏ ਦਿੱਤਾ ਨਹੀਂ ਹਾਂ ਤਾਂ ਟੂਪਾਂ ਨਹੀਂ ਲਾਈਆਂ ਟੂਪਾਂ ਨਹੀਂ ਲਾਈਆਂ ਅੱਛਾ ਅੱਛਾ 8000 ਰੁਪਈਆ ਦੇ ਕੇ ਰੂਪੇ ਨੂੰ ਸਾਰੀ ਉਮਰ ਵਾਸਤੇ ਤੂੰ ਮੁੱਲ ਖਰੀਦ ਰਿਹਾ ਬੱਲੇ ਦੇ ਦਿਆਂਗੇ ਨੀ ਜਾਂ ਤਾਂ ਦੇ ਪੈਸੇ ਜਾਂ ਪਰਚਾ ਬਾਈ ਕੱਟਦਾ ਮਾਰ ਸੈਣ ਜਿੰਨਾ ਚਿਰ ਤੁਸੀਂ ਪੈਸਿਆਂ ਦਾ ਰਹਿ ਨੀ ਦਿੰਦੇ ਪਾਣੀ ਛੱਡੋ ਤੰਕਾ ਨੀ ਦਿੰਦੇ ਪਰ ਤੂੰ ਤਾਂ ਵਾ ਗੱਲ ਕਰਤੀ ਜਟਵੇੜਾ ਅਗੇ ਜੱਟ ਗੰਨਾ ਨੀ ਦਿੰਦਾ ਗੁੜ ਦੀ ਭੇਲੀ ਦੇ ਦਿੰਦਾ ਗੱਲ ਸੁਣ ਜੇ ਮੈਂ ਤੇਰੇ ਤੇ ਪਰਚਾ ਠੋਕਤਾ ਆਹ ਪੈਪ ਆਹੋ ਗੇਲਣ ਹੋ ਬੋਰਾ ਤੇ ਰੱਸੀ ਇਹ ਤੈਨੂੰ ਪਟਿਆਲੇ ਤਰੀਕ ਤੇ ਲੈ ਕੇ ਆਉਣੀ ਪਊ ਬੱਸ ਤੇ ਲਹਿਰੇ ਬੱਸ ਤੇ ਕਿਸੇ ਨੇ ਰਖਵਣੀ ਨੀ ਭਾਈ ਸਾਹਿਬ ਟੈਕਸੀ ਕਰਾ ਕੇ ਲਿਆ ਕਰੇਗਾ 1500 ਇੱਕ ਵਾਰੀ ਟੈਕਸੀ ਨੇ ਲੈ ਲਿਆ ਤਰੀਕਾਂ ਤਾਂ ਤੇਰੀਆਂ ਪਤਾ ਹੀ ਨਹੀਂ ਕਿੰਨੀਆਂ ਕੁ ਪੈਣਗੀਆਂ ਰੁਪਈਆ ਤੇਰਾ 2.5-2 ਲੱਖ ਲੱਗੂ ਇੱਥੇ ਸਾਲੇ 15000 ਨਾਲ ਸਰਦਾ ਨਾਲੇ ਰੂਪੇ ਨੇ ਇਜਾਜ਼ਤ ਦਿੱਤੀ ਪਾਣੀ ਜਿਵੇਂ ਮਰਜ਼ੀ ਹੈਂ ਤੂੰ ਐਂ ਕਰ ਬਥੇਰੀਆਂ ਜੱਟਾਂ ਇਹ ਤਰੀਕ ਜੱਟ ਇਹ ਤਰੀਕਾਂ ਵਾਸਤੇ ਬਣੇ ਨੇ ਤੂੰ ਪਰਚੇ ਹੀ ਦੇ ਲੈ ਮੈਂ ਤਰੀਕਾਂ ਦੀ ਵਗ ਜਾ ਕਰੂੰ ਜਾ ਦੇ ਲੈ ਅੱਛਾ ਦੇ ਲੈ ਪਰਚਾ ਆਹੀ ਗੱਲ ਹੈ ਹਾਂ ਠੋਕਦੇ ਆ ਓਏ ਗੱਲ ਸੁਣ ਮੈਂ ਕਹਿੰਦਾ 15000 ਰੁਪਈਆ ਦੇ ਤੇ ਵੱਡ ਫਾਰ ਨਵੇੜ ਕੰਮ ਨਾਲੇ ਜਿੰਨੇ ਮਰਜ਼ੀ ਪੈਪ ਲਾਈ ਰੱਖੀ ਹੋਏ ਤੈਨੂੰ ਰੂਪੇ ਨੇ ਕਹਿਤਾ ਠੀਕ ਹੈ ਨਾ ਗੱਲ ਸੁਣ ਲੈ ਹਾਂ ਦੱਸ ਗੱਲ ਸੁਣ ਕੇ ਪਰਚਾ ਕਰਾ ਦੇ ਪਰਚਾ ਮੇਰੇ ਅਸਲਿਆ ਸੌਖਾ ਥੱਲੇ ਤੋਂ ਲੈ ਕੇ ਤਾਂ ਤੱਕ ਚੂੰਡ ਕੇ ਖਾ ਜਾਣਗੇ ਚੂੰਡ ਕੇ ਬਰੇ ਸਮਾਹੀ ਪਰਚਾ ਪੈਂਦਾ ਇਹਨਾਂ ਨੂੰ ਤਾਂ ਵਿਆਹ ਜਿੰਨਾ ਚਾਹ ਤੂੰ ਪਰਚਾ ਪਾ ਲੈ ਯਾਰ ਮੈਂ ਤੇਰੀਆਂ 20 ਕਰੋੜ ਦਾ ਮੈਨੂੰ ਪਤਾ ਯਾਰ ਗੱਲ ਸੁਣ ਗੱਲ ਸੁਣ ਗੱਲ ਸੁਣ ਹਲੋ ਇਹ ਗੱਲ ਸੁਣ ਮੇਰੀ ਗੱਲ ਮੈਨੂੰ ਪਤਾ ਕੱਬਾ ਜੜਵਾੜਿਆ ਤੂੰ ਹਾਂ ਦੱਸ ਰੁਪਏ 5000 ਤੇ ਬੇੜੇ ਕੰਮ 5000 ਤੇ ਰੁਪਿਆ ਦੇਣਾ ਮੈਂ 1000 ਹੀ ਦੂੰਗਾ ਇਸ ਤੋਂ ਬਾਅਦ ਮੈਂ 1 ਰੁਪਏ ਅੱਛਾ ਗੱਲ ਸੁਣ ਓਏ ਗੱਲ ਸੁਣ ਤੇਰੇ ਨਾਲ ਲਿਆ ਜਾ ਕੰਜਰਾ ਤੁਹਾਡੇ ਬਾਪੂ ਨਾਲ ਵੀ ਲਿਆ ਸੀ ਰੁਪਏ 3500 ਨਾ ਰੁਪਿਆ ਲੈਣਾ 1000 ਦੂੰਗਾ ਯਾਰ ਬਾਬਾ ਫਿਰ ਦੋ ਕਰ ਦੇ 1100 ਵਾਲਾ ਚੱਲ ਬੜਾ ਨਾ ਨਾ ਦੋ ਤਾਂ ਕੱਟ ਲਈ 1100 ਨਾ ਨਾ ਦੋ ਨਾ ਨਾ ਚਾਹ ਫਿਰ 1500 ਕਰ ਦੇ 1500 ਕਰ ਦੇ 1200 ਚ ਕਰ ਲੈ ਮੇੜ ਲਾ ਜੇ 300 ਨਾ ਤੇਰੇ ਮੌਤ ਪੈਂਦੀ ਆ ਫਿਰ ਹੁਣ ਆ ਇੱਥੇ ਗੇੜਾ ਨਾ ਮਾਰੀ ਰੁਪਏ ਤੈਨੂੰ 1500 ਦੇ ਦਿੰਦੀ ਮਾਰਦਾ ਬੇਫਿਕਰ ਆਪਦਾ ਪਰਾਂ ਦੀ ਲੰਘ ਜਾ ਕਰੀ ਸੜਕੂ ਦੇ ਦੀ ਬੇਫਿਕਰ ਐ ਫਾਰਮੈਲਿਟੀ ਤੇ ਪੂਰੀ ਕਰਨੀ ਪਊ ਆਫਟਰ ਆਲ ਬੇਲਦਾਰ ਐ ਠੀਕ ਹੈ ਨਾ ਉਹ ਫਿਰ ਸਿੱਧੂ ਸਾਹਿਬ ਫੜਾਓ ਕਰਾ ਰੁਪਈਆ 1500 ਨਿਕਲ 1000 ਰੁਪਈਆ ਅੱਜ ਘਰੋਂ ਲੈ ਕੇ ਨਹੀਂ ਆਇਆ ਯਾਰ ਕਮਾਲ ਦੀ ਗੱਲ ਹੈ ਇੱਕ ਤਾਂ ਚੋਰੀ ਮੇਰੇ ਸਾਲੇ ਦੀ ਪੁੱਤੋਂ ਧਾਰ ਕਮਾਲ ਦੀ ਗੱਲ ਹੈ ਮੇਰੀ ਗੱਲ ਸੁਣ ਲੈ 13ਵਾਂ ਮਹੀਨਾ ਚੱਲੇ ਜਾਂਦਾ ਆਹ ਮਹੀਨੇ ਚ ਕਿਸੇ ਜੱਟ ਕੋਲੇ ਪੈਸੇ ਨਹੀਂ ਹੁੰਦੇ ਤੈਨੂੰ ਰੁਪਈਏ ਤੇਰੇ ਦੁੱਧ ਵਰਗੇ ਖਰੇ ਦੇਉਂ ਅੱਛਾ ਦੇਉਂ ਪਰ ਦੇਉਂ ਜੀਰੀ ਵੱਢ ਕੇ ਅੱਛਾ ਇਹ ਤਾਂ ਮੈਨੂੰ ਸੇਫਟੀ ਕਰ ਰਿਹਾ ਤੂੰ ਮੇਰੇ ਨਾ ਜੀਰੀ ਵੱਢ ਕੇ ਦੇ ਦੂੰ ਯਾਰ 1500 ਰੁਪਈਆ ਤੈਨੂੰ ਕਹਤਾ ਯਾਰ ਹੁਣ ਦੇ ਦੂੰ ਮੇਰੇ ਹਲੇ ਹੁਣ ਓਕੇ ਬਾਏ ਓਕੇ ਲਾ ਲਾ 1500 ਯਾਦ ਰੱਖੀ ਭੁੱਲ ਨਾ ਜਾਈ ਉਹ ਚੱਲ ਫਿਰ ਸਿੱਧੂ ਸਾਹਿਬ ਐਂ ਕਰੀ ਦੀਵਾਲੀ ਤੇ ਦੇ ਦੀ
ਦਿਵਾਲੀ ਮੌਕੇ ਤੂੰ ਵੱਡਾ ਬਣਿਆ ਤੂੰ ਨਾਲੇ ਸਰਕਾਰ ਵੀ ਕੀ ਕਰੇ ਕਰਜ਼ਾ ਪੈਟਰੋਲ ਸਰਕਾਰ ਸਿਰ 'ਤੇ ਚੜ੍ਹਨਾ ਜਿੰਨਾ ਚਿਰ ਸਾਡੇ ਵਰਗੇ ਕਰਪਟ ਅਫਸਰ ਬੈਠੇ ਆ ਬੇਈਮਾਨ ਬੰਦੇ ਬੈਠੇ ਆ ਸਰਕਾਰ ਕੀ ਕਾਮਯਾਬ ਹੋਜੂ ਟੱਟੂ ਚੱਲ ਮਨਾ ਰੂਪਾ ਕਹਿੰਦੇ ਰੂਪਾ ਫੜਾ ਦੇ ਅੰਬ ਅਤੇ ਮਰਾ ਦੂੰ ਚੂਪਾ